गुड मॉर्निंग जी, गुड मॉर्निंग, ਕਿਦਾਂ ਹਾਲ ਚਾਲ ਜੀ? ਠੀਕ ਠਾਕ ਡਾਕਟਰ ਸਾਹਿਬ, ਭੇਜੀ ਗਈ ਲੋਕੇਸ਼ਨ? ਹਾਂ, ਲੋਕੇਸ਼ਨ ਕਰ ਰਹੇ ਹਾਂ ਇੰਤਜ਼ਾਮ ਲੋਕੇਸ਼ਨ ਦਾ, ਅਜੇ ਫਿਲਹਾਲ ਪਤਾ ਨਹੀਂ ਆਪਣੇ ਆਪ ਦਾ ਜੀ। ਵਾਲੀ ਅਸੀਂ ਗੱਡੀ ਦੇ ਵਿੱਚ ਬਹੁਤ ਰਿਲੈਕਸ ਬੈਠੇ ਸੀਗੇ। ਡਾਕਟਰ ਸਾਹਿਬ ਕਹਿੰਦੇ ਤੁਸੀਂ ਦੋਈ ਹੋ, ਮੈਂ ਕਿਹਾ ਕਹਿੰਦੇ ਵਿਚਾਲੇ ਚੱਕੋ ਫੱਟਾ ਜਿਹਾ, ਕਹਿੰਦੇ ਮੈਂ ਵੀ ਆ ਗਿਆ। ਉਹ ਫੱਟਾ ਜਿਹਾ ਚੱਕਿਆ ਤੇ ਆਪਦਾ ਪੁੜਾ ਜਿਹਾ ਇਧਰਲੇ ਪਾਸੇ ਨੂੰ ਕਰਕੇ ਬੈਠ ਗਏ ਨੇ ਇਹ। ਮਤਲਬ ਅੱਧਾ ਪਿਛਲੀ ਜਿਹੜੀ ਤਿੰਨ ਸੀਟਾਂ ਆਉਂਦੀਆਂ ਨੇ ਉਹ ਪੂਰੀਆਂ ਰੱਖਿਆ। ਮਤਲਬ ਇਹ ਇੱਥੇ ਵੀ ਬਿਜ਼ਨਸ ਕਲਾਸ ਵਾਂਗੂ ਬੈਠਾ ਵਾ ਡਾਕਟਰ। ਪੈਸੇ ਪੂਰੇ ਕਰਨੇ ਹੁੰਦੇ ਕਿਸੇ ਨਾ ਕਿਸੇ, ਐਂ ਪੂਰਾ ਇਸਤੇਮਾਲ ਕਰਨਾ ਸਪੇਸ ਦਾ। ਨਹੀਂ ਐਂ ਪੂਰੇ, ਐਂ ਪੂਰੇ ਪੜੇ ਫਸਾ ਗਿਆ ਸਕਰੀਨ ਤੇ ਤੇ ਚਾਹੇ ਮੈਨੂੰ ਕੌਣ ਵੀ ਵਾਲੀ ਫੀਲਿੰਗ ਆ ਰਹੀ ਹੈ। ਬੁਰਾ ਹਾਲ ਕੀਤਾ ਪਿਆ। ਸੋ ਮੁੱਕ ਦੀ ਗੱਲ ਇਹ ਆ ਵੀ BCR ਗਾਣਾ ਜਿਹੜਾ ਉਹ ਆਣਾ 30 ਤਰੀਕ ਨੂੰ। ਬੜੇ ਦਿਨਾਂ ਤੋਂ ਪੁੱਛ ਰਹੇ ਸੀ, ਕਹਿੰਦੇ ਟ੍ਰੇਲਰ ਸੀਗਾ, ਫਿਲਮਾਂ ਦੇਖਣੀਆਂ ਨੇ, ਮਾਈਆ BCR ਮੰਗਾ ਦੇ। ਵੈਨਕੂਵਰ ਤੱਕ ਤੁਹਾਡਾ ਪਟਾਕਾ ਪਾਉਣਾ ਹੈ ਪੂਰਾ। ਆ ਚਾਈ ਬਹੁਤ ਹੈ ਮੰਡੇ ਨੂੰ, ਐ ਫਿਲਮ ਦੇਖ ਲਈ ਇਹਨੇ, ਇਹਨੂੰ ਲੱਗਦਾ ਵੀ ਮੇਰੀ ਫਿਲਮ ਘੈਂਟ ਬਣ ਗਈ ਹੈ। ਰਕਮ ਦਿਖ ਰਹੀ ਹੈ? ਹਲੇ ਡਾਕਟਰ ਸਾਹਿਬ ਡੁਬਈ ਜਾ ਕੇ ਵੀ ਨੱਚਣਾ, ਉੱਥੇ ਝੂਮਰ ਪਾਉਣਾ ਸੀ, ਉਹ ਤੁਹਾਡੇ ਉਹ ਪਾਉਣੇ ਨੇ ਕੱਪੜੇ, ਉਹ ਥੱਲੇ ਉਹ ਵਾਲੇ ਤੇ ਸਿਰ ਤੇ ਪੱਟਾ ਬੰਨ ਗਏ। ਉਹ ਤੇਰੇ ਰੂਪ ਦੇ ਮੁੰਡੇ ਹੱਥ ਚਰਚੇ ਜਿਵੇਂ ਹੁੰਦੇ ਆ ਡੁਬਈ ਵਾਲੇ ਸ਼ੇਖ ਦੇ। ਸੋ ਡੁਬਈ ਵਾਲਾ ਸ਼ੇਖ ਤੁਹਾਨੂੰ ਡੁਬਈ ਚ ਮਿਲੂਗਾ ਡਾਕਟਰ ਸਿੰਘ।